तो 12 फरवरी 1998 ਨੂੰ ਸਾਡੀ ਮੈਰਿਜ ਹੋਈ ਸੀਗੀ 2 ਅਗਸਤ 1999 ਨੂੰ ਸ਼ਹੀਦ ਹੋ ਜਾਂਦੇ ਜੋ ਕਿ 1.5 ਸਮਾਂ ਮੇਰੇ ਨਾਲ ਬਤੀਤ ਕੀਤਾ ਜੀ ਉਹਨਾਂ ਵੈਸੇ ਸਰਕਾਰਾਂ ਨੂੰ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਭਾਵੇਂ ਪੰਜਾਬੀ ਆ ਭਾਵੇਂ ਮਦਰਾਸੀ ਆ ਮਾਂ ਨੂੰ ਬੇਟਾ ਪਿਆਰਾ ਘਰ ਪਤਨੀ ਨੂੰ ਆਪਣਾ ਪਤੀ ਪਿਆਰਾ 22 साल की उम्र में देश के लिए शहीद हो गया था पलविंदर। 1.5 साल हुआ रहा शादी को, पत्नी आज भी कारगिल विजय दिवस पर उस साल को याद कर रो उठती है। कारगिल जंग में शहीदों के परिवार आज भी अपनों की शहादत को याद कर उनकी आंखों से आंसू छलक उठते हैं। पलविंदर सिंह कारगिल जंग में शहादत का जाम पी गया और देश में अमर हो गया, मगर पीछे छोड़ गया अपना परिवार जो आज भी पलविंदर की याद में बैठे दिन काट रहा है। अब आपको दिखाते हैं अमृतसर से जगतार महला की यह विशेष रिपोर्ट। सरबजीत कौर वाइफ ऑफ सरदार पलविंदर सिंह जो कि आर्मी में तैनात सके 2 अगस्त 1999 उन्होंने डैथ हुई 1995 भर्ती होंगे जी तो 12 फरवरी 1998 में साड़ी मैरिज हुई सी 2 अगस्त 1999 शहीद हो जाते जो कि 1.5 समां मेरे नाल बतीत किया जी उन्होंने जी। हाँ जी सरकार वालों कोई सहूलत वगैरह मिली? हाँ जी सब मिली जी, सर्विस मिली है, सर्विस कर दी है मैं। ਜਦੋਂ ਸ਼ਹੀਦਾਂ ਦੀ ਯਾਦ ਆਉਂਦੀ ਤਾਂ ਕੀ ਮਨ ਨੂੰ ਕਿਸ ਤਰ੍ਹਾਂ ਦਾ ਲੱਗਦਾ ਤੁਹਾਡੇ? ਇਸ ਤਰ੍ਹਾਂ ਕਿ ਯਾਦ ਤਾਂ ਹਰ ਵੇਲੇ ਰਹਿੰਦੇ ਆ, ਬਾਕੀ ਹੁਣ ਵੀ ਵੇਖੋ ਜਿਸ ਤਰ੍ਹਾਂ ਚੀਨ ਦੇ ਬਾਰਡਰ 'ਤੇ ਸ਼ਹੀਦ ਹੋਏ ਆ, ਹੈ ਨਾ, ਪੰਜਾਬੀ ਹੋਰ ਵੀ ਯੂਨਿਟ ਦੇ ਹੈਗੇ ਸੀਗੇ, ਅਤੇ ਇਸ ਤਰ੍ਹਾਂ ਕਿ ਆਪਣਾ ਵੀ ਯਾਦ ਰਹਿੰਦਾ ਵਾ ਅਤੇ ਦੁੱਖ ਦੀ ਵੀ ਗੱਲ ਆ ਅਤੇ ਮਾਣ ਦੀ ਵੀ ਗੱਲ ਹੁੰਦੀ ਆ ਜੀ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣੇ ਪਿੱਛੇ ਕਿਹਾ ਕਿ ਜਿਸ ਤਰ੍ਹਾਂ ਆਪਣੇ ਚੀਨ ਦੇ ਜਿਹੜੇ ਚੀਨ ਵੱਲੋਂ ਸਾਡੇ ਸੈਨਿਕ ਸ਼ਹੀਦ ਕੀਤੇ ਗਏ ਸੀ, ਉਹਨਾਂ ਕਿਹਾ ਜਿਹੜੀ ਆਪਾਂ ਫਤਿਹ ਕੀਤੀ ਉਹ ਮਦਰਾਸੀ ਰੈਜੀਮੈਂਟ ਨੇ ਕੀਤੀ ਨਾ ਕਿ ਪੰਜਾਬੀ ਰੈਜੀਮੈਂਟ ਨੇ, ਕੀ ਪੰਜਾਬੀਆਂ ਦੀ ਇਹ ਬੇਇੱਜ਼ਤੀ ਨਹੀਂ ਮਹਿਸੂਸ ਕਰਦੇ ਆਪਾਂ? ਹਾਂਜੀ ਇਸ ਤਰ੍ਹਾਂ ਕਿ ਦੇਖੋ ਪੰਜਾਬੀ ਹਰ ਜਗ੍ਹਾ ਹੀ ਪੰਜਾਬੀ ਅੱਗੇ ਰਹੇ ਆ, ਕਿੰਨੀਆਂ ਸ਼ਹਾਦਤਾਂ ਦਿੱਤੀਆਂ ਕਿ ਪੰਜਾਬੀਆਂ ਵੱਲੋਂ ਦਿੱਤੀਆਂ ਗਈਆਂ, ਹੁਣ ਵੀ ਪੰਜਾਬੀ ਉੱਥੇ ਚੀਨ ਦੇ ਬਾਰਡਰ 'ਤੇ ਤਾਇਨਾਤ ਹੈਗੇ ਆ ਨਾ। ਕਾਰਗਿਲ ਦੀ ਵਿਜੈ ਦਿਵਸ ਜਦੋਂ ਕੀਤੀ ਗਈ ਉਦੋਂ ਵੀ ਹੀ ਪੰਜਾਬੀਆਂ ਨੇ ਹੀ ਕੀਤੀ ਸੀਗੀ ਜੀ ਪੰਜਾਬੀ। ਇਹ ਵੈਸੇ ਸਰਕਾਰਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਭਾਵੇਂ ਪੰਜਾਬੀ ਆ ਭਾਵੇਂ ਮਦਰਾਸੀ ਆ ਮਾਂ ਨੂੰ ਬੇਟਾ ਪਿਆਰਾ ਘਰ ਪਤਨੀ ਨੂੰ ਆਪਣਾ ਪਤੀ ਪਿਆਰਾ, ਠੀਕ ਹੈ, ਸਰਕਾਰਾਂ ਨੂੰ ਇਹੋ ਜਿਹੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੁਹਾਨੂੰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕਿ ਤੁਸੀਂ? ਘਰ ਦਾ ਗੁਜ਼ਾਰਾ ਠੀਕ ਚੱਲੀ ਜਾਂਦਾ ਜੀ। ਸਰਕਾਰ ਵੱਲੋਂ ਤੁਹਾਨੂੰ ਹੋਰ ਵੀ ਕੋਈ ਸਹੂਲਤ ਵਗੈਰਾ ਮਿਲੀ? ਨੌਕਰੀ ਵਗੈਰਾ ਕੋਈ? ਨੌਕਰੀ ਮਿਲੀ ਹੈ ਜੀ, ਨੌਕਰੀ ਮਿਲੀ। ਹਾਂਜੀ ਖੇਡ ਜਗਤ ਅਤੇ ਦੇਸ਼ ਦੁਨੀਆ ਦੀ ਹਰ ਵੱਡੀ ਤੋਂ ਵੱਡੀ ਖਬਰ ਲਈ ਹੁਣੇ ਕਰੋ ਸਾਡੇ ਚੈਨਲ ਪੰਜਾਬ ਆਪ ਨਿਊਜ਼ ਨੂੰ ਸਬਸਕ੍ਰਾਈਬ ਅਤੇ ਵੈਬਸਾਈਟ ਤੇ ਬ੍ਰੇਕਿੰਗ ਨਿਊਜ਼ ਦੇਖਣ ਲਈ ਜਾਓ www.punjabapnews.com ਤੇ।